ਹਾਂਜੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਆਪਣੇ ਚੈਨਲ ਤੇ ਅੱਜ ਜਿਹੜੀ ਵੀਡੀਓ ਲੈ ਕੇ ਆਏ ਕੱਲ ਤੋਂ ਅਗਲਾ ਭਾਗ ਹੈ ਕੱਲ ਜਿਹੜੀਆਂ ਵੀਡੀਓ ਬਣਾ ਕੇ ਪਾਈ ਸੀ ਆਪਾਂ ਕਹਾਣੀਆਂ ਤੋਂ ਅਕਾਂਗੀ ਨਾਟਕ ਦਾ ਸਫ਼ਰ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੇਰੀ ਧਰਤੀ ਮੇਰੇ ਲੋਕ ਗੁਰਸ਼ਰਮ ਸਿੰਘ ਨੇ ਨਵਤੇਜ ਸਿੰਘ ਦੀਆਂ ਪੰਜ ਕਹਾਣੀਆਂ ਇਹ ਆਪਣੇ ਸਲਿਪਸ ਦੇ ਵਿੱਚ ਵੀ ਆ ਧਿਆਨ ਨਾਲ ਸੁਣ ਲਿਓ ਪੰਜ ਕਹਾਣੀਆਂ ਕਿਹੜੀਆਂ ਸੀਆਂ ਦੇਸ਼ਵਾਸੀ ਡੰਨ ਪੰਡਿਤ ਨਹਿਰੂ ਲਈ ਵੋਟ ਪਹਿਲੀ ਚੁੰਮੀ ਅਤੇ ਕੋਟ ਕੋਟ ਤੇ ਮਨੁੱਖ ਅਤੇ ਕੋਟ ਤੇ ਮਨੁੱਖ ਜਿਹੜੇ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਕਰਵਾਈ ਹੋਈ ਹੈ ਨਵਤੇਜ ਸਿੰਘ ਦੀ ਉਹ ਵੀਡੀਓ ਦੇਖ ਲਿਓ ਤੁਹਾਡੇ ਸਾਰੇ ਕਹਾਣੀ ਸੰਗ੍ਰਹਿ ਯਾਦ ਹੋ ਜਾਣਗੇ ਸਿਰਫ 2-4 ਮਿੰਟ ਦੇ ਵਿੱਚ ਵਿੱਚ ਤੇ ਨਾਟਕੀ ਰੂਪ ਦੇ ਕੇ ਇਹਨਾਂ ਨੂੰ ਉਹਨੇ ਆਪਣੀ ਨਿਰਦੇਸ਼ਨਾ ਰਹੀ ਮੇਰੀ ਧਰਤੀ ਮੇਰੇ ਲੋਇਕ ਲੋਕ ਸਰਲੇਖ ਹੇਠ ਅੰਬਰਸਰ ਵੀਕੇ ਖੜਿਆ ਇਹ ਜਿਹੜੀਆਂ ਪੰਜ ਕਹਾਣੀਆਂ ਸੀਗੀਆਂ ਯਾਦ ਰੱਖਣੀਆਂ ਨੇ ਤੁਸੀਂ ਹਾਂਜੀ ਅਗਲੀ ਹੈ ਭੱਜੀਆਂ ਵਾਹਾਂ ਜ਼ਰੂਰਤ ਦੇ ਬਾਰੇ ਪੜਿਆ ਹੁਣ ਤੁਸੀਂ ਅ즈ਮੇਰ ਔਲਖ ਨੇ ਆਪਣੇ ਰੁਪੰਤਰਨ ਅਤੇ ਨਿਰਦੇਸ਼ਨਾ ਦੇ ਵਿੱਚ ਬ੍ਰਿਆਮ ਸੰਧੂ ਦੀ ਕਹਾਣੀ ਯਾਦ ਰੱਖਣਾ ਬ੍ਰਿਆਮ ਸੰਧੂ ਦੀ ਕਹਾਣੀ ਭੱਜੀਆਂ ਵਾਹੀ ਨੂੰ ਨਾਟਕੀ ਰੂਪ ਦੇ ਕੇ ਭੱਜੀਆਂ ਵਾਹਾਂ ਸਰਲੇਖੇਟ ਨਵੀਂ ਦਿੱਲੀ ਪੰਜਾਬੀ ਅਕਾਦਮੀ ਵਿਖੇ 5 ਦਸੰਬਰ 1985 ਨੂੰ ਮੰਚਿਤ ਕੀਤਾ ਰੰਗ ਮੰਚ ਤੇ ਲੈ ਕੇ ਆਏ ਤੇ ਇਸ ਕਹਾਣੀ ਨੂੰ ਨਾਟਕੀ ਪੱਖ ਵਿੱਚ ਪੇਸ਼ ਕਰਨ ਦੀ ਅ즈ਮੇਰ ਹਲਖ ਨੇ ਸੂਤਰਧਾਰ ਦੀ ਵਰਤੋਂ ਕੀਤੀ ਵੀ ਯਾਦ ਰੱਖ ਲਿਓ ਸੂਤਰਧਾਰ ਦੇ ਤੌਰ ਤੇ ਜੋ ਰੰਗ ਮੰਚ ਦੇ ਕਿਨਾਰੇ ਤੇ ਖੜੇ ਪਾਤਰਾਂ ਨੂੰ ਵਾਰੀ ਵਾਰੀ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਉਂਦੇ ਆ ਸਾਨੂੰ ਪਤਾ ਸੂਤਰਧਾਰ ਵਾਰੀ ਜਰੂਰ ਪਤਾ ਹੋਵੇਗਾ ਤੇ ਉਹਨਾਂ ਦਾ ਰੋਲ ਸਾਹਮਣੇ ਆਉਂਦਾ ਤੇ ਕਹਾਣੀ ਦੀ ਲੜੀ ਵੀ ਬਣਦੀ ਰਹਿੰਦੀ ਹੈ ਤੇ ਇਹ ਪੰਜਾਬ ਦੀ ਵਰਤਮਾਨ ਉਸ ਤੋਂ ਮੇਰੀ ਗੱਲ ਕਰਦੇ ਆਂ 1985 ਦੀ ਗੱਲ ਤੇ ਪਿੰਡ ਵਿੱਚ ਇੱਕ ਖੱਤਰੀ ਪਰਿਵਾਰ ਦੀ ਵਿਖਰਾ ਦੀ ਕਹਾਣੀ ਹੈ ਇਹ ਵੀ ਯਾਦ ਰੱਖ ਲਿਓ ਇੱਕ ਖੱਤਰੀ ਪਰਿਵਾਰ ਦੇ ਵਿਖਰਾ ਦੀ ਕਹਾਣੀ ਹੈ ਤੇ ਪਿੰਡ ਦੇ ਬਾਕੀ ਲੋਕਾਂ ਨੂੰ ਵੀ ਇਹਨੇ ਬੜੀ ਖੂਬੀ ਦੇ ਨਾਲ ਆਪਣੇ ਆਲੇ ਦੁਆਲੇ ਬੇਸ ਕੀਤਾਗਾ ਅੱਤਵਾਦੀਆਂ ਦਾ ਪਰਿਵਾਰ ਦੇ ਜੀਆਂ ਤੇ ਹਮਲਾ ਹੁੰਦਾ ਪਹਿਲਾ ਭਰਾ ਤੇ ਫਿਰ ਪਿਓ ਦਾ ਮਰਿਆ ਜਾਣਾ ਪਰਿਵਾਰ ਨੂੰ ਤੋੜ ਕੇ ਰੱਖ ਦਿੰਦਾ ਹੈ ਤੇ ਜੀਆਂ ਦਾ ਪਿੰਡੋਂ ਚਲੇ ਜਾਣਾ ਇਸ ਆリエ ਗੱਲ ਨੂੰ ਧਿਆਨ ਦੇ ਵਿੱਚ ਰੱਖ ਲਿਓ ਹੋਰ ਇਹਦੇ ਵਿੱਚ ਜਿਹੜੀ ਗੱਲ ਧਿਆਨ ਚ ਰੱਖਣ ਵਾਲੀ ਹੈ ਬਸ ਸਿਰਫ ਤੁਸੀਂ ਨਾਮ ਯਾਦ ਰੱਖਣਾ ਸਭ ਤੋਂ ਵੱਡੀ ਗੱਲ ਤੇ ਇਹ ਹੈ ਅੱਗੇ ਦੇਖਦੇ ਆਪਾਂ ਹਾਂਜੀ ਅਗਲੀ ਗੱਲ ਯਾਦ ਰੱਖਣੀਆਂ ਕਹਾਣੀ ਪੰਗਲ ਕਰਦੇ ਆਂ ਅਜੀਤ ਕੌਰ ਦੀ ਕਹਾਣੀ ਸਾਨੂੰ ਕੋਈ ਤਕਲੀਫ ਨਹੀਂ ਤੇ ਇਹਦਾ ਨਾਟਕੀ ਰੂਪ ਕਹਿ ਸਕਦੇ ਆਂ ਤੁਖ ਦਾ ਰੋ ਅੰਬਰ ਸਰ ਦੇ ਵਿੱਚ ਕੇਵਲ ਢਾਲੀਵਾਲ ਨੇ ਯਾਦ ਰੱਖਣਾ ਕੇਵਲ ਢਾਲੀਵਾਲ ਜ਼ਰੂਰ ਸੁਣਿਆ ਹੋਵੇਗਾ ਨਾਮ ਜਿਹੜੇ ਰੰਗਮੰਚ ਨਾਲ ਜੁੜੇ ਹੋਇਆ ਤੇ ਪ੍ਰੀਤਮ ਫੈਕਟਰੀ ਦੇ ਮਾਲਕ ਦਾ ਨਿੱਜੀ ਨੌਕਰ ਸੀ ਤੇ ਮਾਲਕ ਦਾ ਰਾਜਦਾਰ ਸੀ ਮਾਲਕ ਉਸ ਤੋਂ ਦੋ ਨੰਬਰ ਦੇ ਕੰਮ ਕਰਵਾਉਂਦਾ ਹੈ ਪ੍ਰੀਤਮ ਆਪਣੇ ਜਮੀਰ ਦੀ ਬਾਤ ਸੁਣ ਕੇ ਨੌਕਰੀ ਤੋਂ ਅਸਤੀਫਾ ਦੇ ਕੇ ਆਪਣਾ ਨਿੱਜੀ ਕਾਰੋਬਾਰ ਚਲਾਉਂਦਾ ਹੈ ਕਾਫੀ ਗੱਲਾਂ ਨੇ ਦੇ ਵਿੱਚ ਫਿਰ ਜਦੋਂ ਅੱਗੇ ਦੇਖਦੇ ਆ ਉਹ ਫੈਕਟਰੀ ਦੇ ਵਿੱਚ ਬਲਾਕ ਕੇ ਉਹਦੇ ਝੂਠਾ ਚੋਰੀ ਦਾ ਕੇਸ ਪਵਾ ਦਿੰਦਾ ਪੁਲਿਸ ਦੀ ਕੁੱਟ ਮਾਰ ਵੀ ਹੁੰਦੀ ਆ ਫਿਰ ਮਰਵਾ ਦਿੱਤਾ ਜਾਂਦਾ ਹੈ ਨਾ ਉਹ ਵੱਖਰੀ ਗੱਲ ਆ ਬਸ ਤੁਸੀਂ ਯਾਦ ਕੀ ਰੱਖਣਾ ਕਾਫੀ ਲੰਮੀ ਗੱਲ ਆ ਤੇ ਯਾਦ ਕੀ ਰੱਖਣਾ ਕੇਵਲ ਟਾਲੀਵਾਲ ਨੇ ਅਜੀਤ ਕੌਰ ਦੀ ਕਹਾਣੀ ਸਾਨੂੰ ਕੋਈ ਤਕਲੀਫ ਨਹੀਂ ਨਵੰਬਰ ਸਰ ਦੇ ਵਿੱਚ ਤੁਖ ਦਾ ਰੋ ਤੁਖ ਦਾ ਰੋ ਯਾਦ ਰੱਖ ਲਿਓ ਬਸ ਦੋ ਚਾਰ ਗੱਲਾਂ ਯਾਦ ਰੱਖਣ ਵਾਲੀਆਂ ਨੇ ਇਹ ਧਿਆਨ ਚ ਰੱਖਣੀਆਂ ਨੇ ਹਾਂ ਜੀ ਆਪਾਂ ਇਹ ਵੀਡੀਓ ਇੱਥੇ ਸਮਾਪਤ ਕਰ ਦਿੰਦੇ ਆ ਤੇ ਸ਼ਾਇਦ ਇੱਕ ਵੀਡੀਓ ਹੋਰ ਜਾਂ ਦੋ ਇੱਕ ਜਾਂ ਦੋ ਦੇ ਵਿੱਚ ਨਵੇੜਾਂਗੇ ਆਪਾਂ ਜਿਹੜੀਆਂ ਕਿ ਹੁਣ ਕਹਾਣੀਕਾਰਾਂ ਦੀਆਂ ਕਹਾਣੀਆਂ ਨੇ ਉਹਨਾਂ ਤੇ ਵੀ ਜਿੰਨਾ ਕੰਮ ਹੋਇਆ ਰੰਗਮંચ ਦੇ ਪੱਖ ਤੋਂ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਤੇ ਖਸ ਦੇ ਵਾਜਰੋ ਖੁਸਰੋ